ਗੁਰੂ ਤੇ ਸ਼ਿਸ਼ ਸਵਰਨਜੀਤ ਕੌਰ ਜਿਸਨੇ ਟਾਈਟਲ ਜਿੱਤਿਆ ਰੁਕਮੇ ਹਿੰਦੁਸਤਾਨ ਦਾ ਰੁਕਮੇ ਹਿੰਦ ਤੇ ਉਹਨਾਂ ਦੇ ਨਾਲ ਮਾਰ ਕੇਸਰੀ ਲਈ ਹੋਰ ਸੋਹ ਸੀ ਮਾਰ ਕੇਸਰੀ ਲਈ ਸੋਹ ਸਿੰਘ ਤੇ ਉਹਦਾ ਪੱਠਾ ਜੇ ਮਾਰ ਕੇ ਲੈ ਆਓ ਵੀ ਆ ਜਾਵੇ ਇਸ ਤੋਂ ਬਾਅਦ ਸਤਾਰੇ ਪੰਜਾਬ ਪਹਿਲਵਾਨ ਨੂੰ ਜ਼ੋਰ ਲਾ ਕੇ ਦਿਖਾਲੋ ਮੇਰੇ ਪਿੱਛੇ ਬੰਦੇ ਬੈਠੇ ਆ ਕਹਿੰਦੇ ਬੜਾ ਕੀਮਤੀ ਸਮਾਂ ਛੱਡ ਕੇ ਆਇਓ ਆ ਪਸ਼ੂਆਂ ਨੂੰ ਪੱਠੇ ਰੱਥੇ ਪਾਉਣੇ ਧਾਰਾਂ ਚੋਣੀਆਂ ਕਈ ਕੰਮ ਕਰਨੇ ਆ ਲੋਕ ਕੁਰਸੀਆਂ ਦੇਖਣ ਆਉਂਦੇ ਆ ਏਦਾਂ ਦੇ ਖੜਿਆਂ ਨੂੰ ਦੇਖਣ ਨਹੀਂ ਆਉਂਦੇ ਏਦਾਂ ਦੇ ਪਿੰਡਾਂ 'ਚ ਫੇਰੇ ਕਰ ਲੈਂਦੇ ਆ ਕੁਰਸੀ ਲੜੋ ਲੜ ਕੇ ਦਿਖਾ ਲਓ ਪਹਿਲਵਾਨਾਂ ਦੀ ਲਾਜ ਰੱਖੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਮੈਂ ਧੰਨਵਾਦ ਤੇ ਵਧਾਈਆਂ ਬਹੁਤ ਬਹੁਤ ਆਪਣੇ ਸੋਹਣ ਸਿੰਘ ਜੀ ਨੂੰ ਇਸ ਤੋਂ ਬਾਅਦ ਪੰਜਾਬ ਕੁਮਾਰੀ ਮੈਂ ਪਹਿਲਾਂ ਵੀ ਗਾ ਛੋਟੇ ਪਹਿਲਵਾਨ ਡਾ ਦੇ ਡਾ ਮਾਰਦੇ ਆ ਪੰਜਾਬ ਗੁਰਜੀਤ ਸਿੰਘ ਦੀ ਲੜਕੀ ਜਿੱਤੀ ਆ ਗੁਰਮੀਤ ਸਿੰਘ ਉਹ ਲੜਕੀ ਵੀ ਅੱਜ ਦੇ ਪੰਜਾਬ ਦਾ ਟਾਈਟਲ ਜਿੱਤਿਆ ਗਗਨਦੀਪ ਲਓ ਜੀ ਗੁਰਮੀਤ ਸਿੰਘ ਤੀਰਾ ਪਹਿਲਵਾਨ ਆ ਬਹੁਤ ਵਧੀਆ ਪਹਿਲਵਾਨ ਰਿਹਾ ਰੈਫਰੀ ਆ ਇਹਨਾਂ ਨੂੰ ਲੜਾ ਦਿਓ ਕਿਸ ਤਰ੍ਹਾਂ ਮੈਨੂੰ ਲਾਹਵੇ ਮੈਨੂੰ ਹੱਟਣ ਜਿਹੜਾ ਤੇਜ਼ ਕਰ ਦਿਓ ਰੈਫਰੀ ਜਦ ਬਹੁਤ ਖੁਸ਼ ਆ ਹਾਂਜੀ ਗੁਰਮੀਤ ਸਿੰਘ ਏ ਐਸ ਆਈ ਥਾਣੇ ਦਾ ਨਾਂ ਲੜਕੀ ਗਗਨਦੀਪ ਕੌਰ ਦੀ ਸਟੂਡੈਂਟ ਪੰਜਾਬ ਕੁਮਾਰੀ ਦਾ ਟਾਈਟਲ ਜਿੱਤਿਆ ਤੇ ਕੋਚ ਗੁਰਮੀਤ ਸਿੰਘ ਦਿਓਲ ਲਓ ਜੀ ਪੰਜਾਬ ਕੁਮਾਰ ਮੇਰਾ ਵਰਿੰਦਰ ਸਿੰਘ ਬਣਿਆ ਵਰਿੰਦਰ ਸਿੰਘ ਦਾ ਕੋਚ ਵਰਿੰਦਰ ਸਿੰਘ ਬਾਈ ਜਿਸਨੇ ਪੰਜਾਬ ਕੁਮਾਰ ਦਾ ਟਾਈਟਲ ਜਿੱਤਿਆ ਛੇ ਚਾਰ ਹੋਏ ਆ ਮੈਂ ਤਾਂ ਕਹਿੰਦਾ ਦਸ ਹੋ ਜਾਂਦੇ ਤਾਂ ਕੰਮ ਚ ਪਏ ਦਸਾਂ ਦੀ ਉਡੀਕ ਕੇ ਪਰ ਫਰਕ ਬਹੁਤ ਜ਼ਿਆਦਾ ਆ ਛੇਆਂ ਵਾਲੇ ਨੂੰ ਦਸ ਹੋਰ ਲੈਣੇ ਪੈਣੇ ਆ ਚਾਰ ਉਹਦੇ ਫੇਰ ਲੀਡ ਰਹਿ ਜਾਣੀ ਆ ਲਓ ਜੀ ਗੋਲੂ ਚੀਮਾ ਵੈਸੇ ਬਹੁਤ ਵਧੀਆ ਖਾਣਾ ਚਲਾ ਰਿਹਾ ਸੰਗਰੂਰ ਬੇਗੋ ਦਾ ਫੋਨ ਵੀ ਮੈਨੂੰ ਆਇਆ ਸੀ ਮੁੰਡੇ ਭੇਜਣੇ ਆ ਸੋ ਗੋਲੂ ਨੂੰ ਸਾਡੇ ਕੋਲ ਵਧਾਈਆਂ ਦੇਣੇ ਮੈਂ ਕੋਚ ਆਏ ਨੀ ਮੁੰਡੇ ਜਿੱਤ ਗਏ ਆ ਕਿਆ ਕਮਾਲ ਦੀ ਗੱਲ ਆ ਪੰਜਾਬ ਦੇ ਵਿੱਚ ਵੀ 4 ਤਰੀਕ ਨੂੰ ਜਿੱਤਾ ਹਾਰਾਂ ਦਾ ਦੌਰ ਚੱਲਣਾ ਆ ਰਿਜ਼ਲਟ ਤਾਂ 11 ਮਾਰਚ ਨੂੰ ਹੋਣੇ ਆ ਫਿਰ ਸਤਾਰੇ ਪੰਜਾਬ ਦਾ ਟਾਈਟਲ ਹਾਂਜੀ ਸਤਾਰੇ ਪੰਜਾਬ ਆਪਣੇ ਬਹੁਤੇ ਤੁਹਾਡਾ ਵੀ ਮਾ ਸਤਾਰੇ ਪੰਜਾਬ ਨੂੰ ਕਿੱਥੇ ਆ ਫਿਲਹਾਲ ਕੋਚ ਬਹੁਤਾਂ ਨਾਲੇ ਕੋਚ ਭੇਜਦੇ ਹੋ ਸਤਾਰੇ ਪੰਜਾਬ ਦਾ ਕੋਚ ਤੇ ਸਤਾਰੇ ਪੰਜਾਬ ਲਾਲ ਦੇ ਅਖਾੜੇ ਦਾ ਸਾਥ ਕ੍ਰਿਸ਼ਨ ਕੁਮਾਰ ਇੱਕ ਸੀਗਾ ਪਿਛਲਾ
ਪਿਛਲੇ ਨੌ ਛੇ ਹੋ ਗਏ ਜੀ ਨੌ ਲਓ ਜੀ ਜਿਹੜੇ ਸੰਚਾਲਕ ਹੈ ਖਾਣਾ ਦੇ ਤੇ ਆ ਰਹੇ ਆ ਥੋੜਾ ਰਹਿੰਦਾ ਏ ਉੱਥੇ ਸੇਤਾ ਇਹ ਤਾਂ ਜਹ ਗਈ ਤਾਂ ਬੰਦੇ ਜਿਹੜਾ ਨੌ ਨਾਲ ਸੰਜੀਤ ਸਿੰਘ ਆ ਮਸ਼ਹੂਰ ਜਾਵੇ ਬਹੁਤ ਸਿੰਘ ਦੇ ਨਾਲ ਆ ਸੰਜੀਤ ਸਿੰਘ ਬਹੁਤ ਘੱਟ ਜਾਂਦੇ ਪਾਸਪੋਰਟ ਦੇ ਨਾਂ ਲਿਖਿਆ ਜਾਂਦੇ ਨੇ ਬਾਈ ਬਹੁਤ ਸਿੰਘ ਜਿਹੜਾ ਜਾਂਦੇ ਪਾਪੂਲਰ ਆ ਲਓ ਜੀ ਬੁੱਧ ਸਿੰਘ ਦੇ ਮੇਰਾ ਚੈੱਕ ਹੋਰ ਚਾਹੀਦੇ ਜਿੱਤ ਜਾਣਾ ਲੱਗਦਾ ਜੇ ਪੈਸੇ ਕਿਹਾ ਨਹੀਂ ਜਾਂਦਾ ਤਾਂ ਪਹਿਲਾਂ ਲੇਕਿਨ ਸੰਭਾਵਨਾ ਦਾ ਅੰਦਾਜ਼ਾ ਕਈ ਵਾਰ ਲੱਗ ਜਾਂਦਾ ਹੁੰਦਾ ਸੋ ਇੱਕ ਟਾਈਟਲ ਰਹਿ ਗਿਆ ਉਹਦੇ ਕੋਚ ਨੂੰ ਉੱਥੇ ਬੁਲਾ ਕੇ ਦਿੱਤਾ ਜਾਊਗਾ ਲਓ ਜੀ ਮੇਰੇ ਵੱਲੋਂ ਸਾਰੇ ਕੋਚਾਂ ਨੂੰ ਵੀ ਸਨਮਾਨ ਦਿੱਤਾ ਮਾਰਿਆ ਸੀ ਸੁਨੀਲ ਦੀਰਖਪਾਲ ਨੇ ਦੋ ਵਾਰ ਇੱਕੋ ਕੰਮ ਕਰਕੇ ਪੁਆਇੰਟ ਹਾਸਲ ਕੀਤੇ ਹੁਣ ਅਗਲੇ ਪਹਿਲਵਾਨ ਆ ਜਾਓ ਬੱਚਿਆਂ ਦੇ ਲਈ ਜ਼ਰੂਰੀ ਸੂਚਨਾ ਤਕਰੀਬਨ ਧੰਨਵਾਦ ਤੀਸਰੀ ਹਾਸਲ ਕੀਤੀ।